ਕੁਐਸਚਨ ਟੈਗਸ ਜਿਹੜੇ ਹੁੰਦੇ ਆ ਇਹ ਕੁਝ ਸ਼ਾਰਟ ਕੁਐਸਚਨਸ ਹੁੰਦੇ ਆ ਜਿਹੜੇ ਕਿ ਆਪਾਂ ਜਦੋਂ ਜਿਸ ਸਮੇਂ ਬਾਤਚੀਤ ਕਰ ਰਹੇ ਹੁੰਦੇ ਆ, ਬਾਤਚੀਤ ਦਾ ਮਤਲਬ ਕਨਵਰਸੇਸ਼ਨ, ਠੀਕ ਹੈ, ਜਿਸ ਸਮੇਂ ਕਹਿੰਦੇ ਕਨਵਰਸੇਸ਼ਨ ਕੀਤੀ ਜਾਂਦੀ ਆ ਉਸ ਸਮੇਂ ਜਿਹੜਾ ਇਨਸਾਨ ਸਾਡੇ ਕੋਲੋਂ ਸੁਣ ਰਿਹਾ ਹੁੰਦਾ ਆ, ਜਿਹੜਾ ਗੱਲ ਸੁਣ ਰਿਹਾ ਹੈ ਉਹਦੇ ਕੋਲੋਂ ਕਨਫਰਮ ਕਰਨ ਵਾਸਤੇ ਕੁਝ ਵੀ ਆਪਾਂ ਇਹ ਕੁਐਸਚਨ ਟੈਗਸ ਜਿਹੜੀਆਂ ਇੰਪਲੋਏ ਕਰਦੇ ਆ, ਠੀਕ ਹੈ, ਜਾਂ ਕਹਿ ਲਓ ਇੰਟਰੋਡਿਊਸ ਕਰਦੇ ਆ। ਹੁਣ ਇਹਦੇ ਵਿੱਚ ਜਿੱਦਾਂ ਐਗਜ਼ਾਮਪਲ ਕੀ ਦਿੱਤੀ ਆ, ਇਟਸ ਵੈਰੀ ਹੌਟ ਟੂਡੇ। ਹੁਣ ਜਿੱਦਾਂ ਆਪਾਂ ਟੈਂਪਰੇਚਰ ਦੀ ਗੱਲ ਹੀ ਕਰ ਲਈਏ, ਹੁਣ ਦਾ ਮੌਸਮ ਜਿਹੜਾ ਬਹੁਤ ਠੰਡਾ, ਮੈਂ ਤੁਹਾਨੂੰ ਕਹਾਂ ਇਟਸ ਵੈਰੀ ਕੋਲਡ ਟੂਡੇ, ਇਜ਼ਨਟ ਇਟ? ਮੈਂ ਤੁਹਾਨੂੰ ਕਹਾਂ ਕਿ ਬਹੁਤ ਜ਼ਿਆਦਾ ਅੱਜ ਠੰਡ ਆ ਕਿ ਨਹੀਂ ਅੱਜ ਠੰਡ, ਤੇ ਤੁਹਾਡਾ ਕੀ ਜਵਾਬ ਹੋਊਗਾ? ਯੈਸ, ਕਿ ਅੱਜ ਠੰਡ ਹੈਗੀ ਆ। ਸੋ ਆਈ ਐਮ ਕਨਫਰਮਿੰਗ ਫਰੋਮ ਯੂ ਕਿ ਤੁਸੀਂ ਕੀ ਇਸ ਬਾਰੇ ਸਮਝਦੇ ਹੋ ਜਾਂ ਕੀ ਤੁਹਾਨੂੰ ਲੱਗਦਾ ਆ, ਠੀਕ ਹੈ। ਸੋ ਇਹ ਕਨਫਰਮ ਕਰਨਾ ਹੋ ਗਿਆ। ਹੁਣ ਇਸ ਤੋਂ ਬਾਅਦ ਵਿੱਚ ਜਿਹੜੇ ਆ ਨਾ ਕੁਝ ਰੂਲਸ ਦਿੱਤੇ ਹੋਏ ਆ, ਰੂਲਸ ਟੂ ਮੇਕ ਕੁਐਸਚਨ ਟੈਗਸ, ਕਿ ਕੁਐਸਚਨ ਟੈਗਸ ਬਣਾਉਣ ਦੇ ਵਾਸਤੇ ਕਿਹੜੇ ਕਿਹੜੇ ਰੂਲਸ ਜਿਹੜੇ ਆ ਅਪਲਾਈ ਹੁੰਦੇ ਆ। ਪਹਿਲਾ ਰੂਲ ਹੈਗਾ ਆ, ਇਫ ਦਾ ਗਿਵਨ ਸਟੇਟਮੈਂਟ ਇਜ਼ ਪੋਜ਼ਿਟਿਵ ਦਾ ਕੁਐਸਚਨ ਟੈਗ ਇਜ਼ ਇਨ ਦਾ ਨੈਗੇਟਿਵ ਐਂਡ ਵਾਈਸ ਵਰਸਾ। ਕੀ ਕਹਿੰਦੇ ਆ, ਕਹਿੰਦੇ ਕਿ ਜੇ ਸਟੇਟਮੈਂਟ ਪੋਜ਼ਿਟਿਵ ਹੁੰਦੀ ਆ ਨਾ ਤੇ ਜਿਹੜੀ ਉੱਪਰ ਟੈਗ ਬਣਦੀ ਆ ਉਹ ਕਹਿੰਦੇ ਨੈਗੇਟਿਵ ਬਣਦੀ ਆ, ਠੀਕ ਹੈ, ਤੇ ਵਾਈਸ ਵਰਸਾ ਦਾ ਮਤਲਬ ਜੇ ਪੋਜ਼ਿਟਿਵ ਆ ਤੇ ਚੀਜ਼ ਨੇ ਨੈਗੇਟਿਵ ਹੋ ਜਾਣਾ, ਤੇ ਜੇ ਚੀਜ਼ ਨੈਗੇਟਿਵ ਆ ਉਹਨੇ ਪੋਜ਼ਿਟਿਵ ਹੋ ਜਾਣਾ, ਇਹਨੂੰ ਕਹਿੰਦੇ ਆ ਆਪਾਂ ਵਾਈਸ ਵਰਸਾ, ਠੀਕ ਹੈ। ਸੋ ਆਪਾਂ ਗੋ ਥਰੂ ਹੋ ਜਾਂਦੇ ਆ ਐਗਜ਼ਾਮਪਲਸ ਦੇ, ਉਹਨਾਂ ਤੋਂ ਸਾਨੂੰ ਕਲੈਰਿਟੀ ਹੋਏਗੀ ਕਿ ਕੀ ਗੱਲ ਇਹਨਾਂ ਨੇ ਕਰਨੀ, ਠੀਕ ਹੈ। ਇੱਕ ਮਿੰਟ, ਹੁਣ ਫਸਟ ਜਿਹੜਾ ਹੈਗਾ ਆ ਸੈਂਟੈਂਸ ਉਹ ਹੈਗਾ ਸ਼ੀ ਇਜ਼ ਪ੍ਰਿਪੇਅਰਿੰਗ ਵੈਲ, ਇਜ਼ਨਟ ਸ਼ੀ? ਕਹਿੰਦੇ ਉਹ ਬੜਾ ਵਧੀਆ ਪ੍ਰਿਪੇਅਰ ਕਰ ਰਹੀ ਆ, ਕੀ ਉਹ ਨਹੀਂ ਕਰ ਰਹੀ ਪ੍ਰਿਪੇਅਰ, ਠੀਕ ਹੈ। ਸੋ ਕਨਫਰਮ ਕੀਤਾ ਜਾ ਰਿਹਾ ਤੁਹਾਡੇ ਕੋਲੋਂ। ਹੁਣ ਕੁਐਸਚਨ ਟੈਗਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਹੁੰਦਾ ਵਾ ਕਿ ਸੈਂਟੈਂਸ ਪੋਜ਼ਿਟਿਵ ਆ ਕਿ ਨੈਗੇਟਿਵ ਆ, ਠੀਕ ਹੈ। ਹੁਣ ਇਹ ਸੈਂਟੈਂਸ ਜਿਹੜਾ ਵਾ ਇਹ ਪੋਜ਼ਿਟਿਵ ਆ, ਯਾਨੀ ਜਿਹੜੀ ਟੈਗ ਬਣਨੀ ਆ ਉਹ ਨੈਗੇਟਿਵ ਬਣਨੀ ਆ। ਟੈਗ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਹੈਲਪਿੰਗ ਵਰਬ ਚੈੱਕ ਕਰਨੀ ਹੁੰਦੀ ਆ, ਤੇ ਇਸ ਤੋਂ ਬਾਅਦ ਚ ਸਬਜੈਕਟ ਚੈੱਕ ਕਰਨਾ ਹੁੰਦਾ। ਇਹ ਦੋ ਚੀਜ਼ਾਂ ਜਿਹੜੀਆਂ ਧਿਆਨ ਚ ਰੱਖੀਦੀਆਂ ਆ। ਹੁਣ ਪਹਿਲਾ ਸੈਂਟੈਂਸ ਜਿਹੜਾ ਮੈਂ ਅੰਡਰਲਾਈਨ ਕੀਤਾ ਹੋਇਆ ਆ ਉਹਦੇ ਵਿੱਚ ਜਿਹੜੀ ਹੈਲਪਿੰਗ ਵਰਬ ਹੈਗੀ ਆ ਉਹ ਹੈਗੀ ਆ ਇਜ਼। ਫਿਰ ਸੈਂਟੈਂਸ ਕਿਉਂਕਿ ਪੋਜ਼ਿਟਿਵ ਆ ਤੇ ਟੈਗ ਬਣ ਜਾਣੀ ਆ ਨੈਗੇਟਿਵ, ਯਾਨੀ ਇਜ਼ ਦਾ ਬਣ ਜਾਣਾ ਇਜ਼ਨਟ। ਇਸ ਤੋਂ ਬਾਅਦ ਵਿੱਚ ਫਿਰ ਆਪਾਂ ਚੈੱਕ ਕਰਨਾ ਵਾ ਕਿ ਸਬਜੈਕਟ ਕਿਹੜਾ ਆ। ਸੋ ਸਬਜੈਕਟ ਇੱਥੇ ਹੈਗਾ ਆ ਸ਼ੀ, ਤੇ ਆਪਾਂ ਲਗਾਤਾ ਸ਼ੀ, ਸੋ ਬਣ ਗਿਆ ਇਜ਼ਨਟ ਸ਼ੀ। ਸੋ ਇਹ ਬਣ ਗਈ ਤੁਹਾਡੀ ਟੈਗ, ਠੀਕ ਹੈ। ਦੈਨ ਅਗਲਾ ਸੈਂਟੈਂਸ ਹੈਗਾ ਆ ਸੈਕਿੰਡ, ਯੂ ਕੈਨ ਸੋਲਵ ਦਿਸ ਸਮ, ਕਿ ਤੁਸੀਂ ਇਹ ਸਮ ਜਿਹੜਾ ਆ ਸੋਲਵ ਕਰ ਸਕਦੇ ਹੋ। ਹੁਣ ਇਹਦੇ ਵਿੱਚ ਕੀ ਆ, ਇਹ ਵਾਲਾ ਜਿਹੜਾ ਸੈਂਟੈਂਸ ਹੈਗਾ ਇਹ ਚ ਕੈਨ ਨੂੰ ਚੈੱਕ ਕਰਨਾ ਆਪਾਂ, ਕੈਨ ਇਹਦੀ ਹੈਲਪਿੰਗ ਵਰਬ ਆ, ਸੋ ਕੈਨ ਲਿਖ ਦਿੱਤਾ ਇੱਥੇ ਕਿਉਂਕਿ ਸੈਂਟੈਂਸ ਜਿਹੜਾ ਆ ਪੋਜ਼ਿਟਿਵ ਆ ਤੇ ਨਾਲ ਉਹਦੀ ਟੈਗ ਬਣ ਗਈ ਕੈਂਟ, ਠੀਕ ਹੈ। ਫਿਰ ਸਬਜੈਕਟ ਵੇਖਿਆ, ਸਬਜੈਕਟ ਕਿਹੜਾ ਸੀਗਾ ਯੂ, ਤੇ ਬਣ ਗਿਆ ਕੈਂਟ ਯੂ, ਠੀਕ ਹੈ, ਕੈਨ ਯੂ ਜਾਂ ਕੈਂਟ ਯੂ। ਜਿਹੜਾ ਕਾਂਟ ਵਰਡ ਆ ਨਾ CAN ਤੇ T, ਇਹ ਜਦੋਂ ਤੁਸੀਂ ਕਨਵਰਸੇਸ਼ਨ ਚ ਬੋਲਦੇ ਹੋ ਨਾ ਆਪਾਂ ਘਰੋੜ ਕੇ ਨਹੀਂ ਬੋਲਣਾ ਹੁੰਦਾ। ਜਿੱਦਾਂ ਆਪਾਂ ਮੈਂ ਕਹਿੰਦਾ ਆਈ ਕਾਂਟ ਡੂ ਦੈਟ, ਕਿ ਮੈਂ ਇੱਕ ਆਈ ਕੈਨ ਡੂ ਦੈਟ, ਤੁਸੀਂ ਉਹਨੂੰ ਕੈਨ ਦੀ ਤਰ੍ਹਾਂ ਵੀ ਬੋਲ ਸਕਦੇ ਹੋ, ਮਤਲਬ ਉਹ ਨੋਟ ਦਾ ਟੀ ਜਿਹੜਾ ਵਾ ਨਾ ਉਹਨੂੰ ਟੀ ਨੂੰ ਤੁਸੀਂ ਸਟ੍ਰੈਸ ਦੇ ਕੇ ਨਹੀਂ ਬੋਲਣਾ ਹੁੰਦਾ। ਆਈ ਕੈਨ ਡੂ ਦੈਟ, ਮੈਂ ਨਹੀਂ ਇਹ ਕਰ ਸਕਦੀ, ਠੀਕ ਹੈ। ਦੈਨ ਥਰਡ ਹੈਗਾ ਆ ਸ਼ੀ ਹੈਲਪਡ ਟੋਮ, ਡਿਡਨਟ ਸ਼ੀ? ਹੁਣ ਇੱਥੇ ਕੀ ਕਿਹਾ ਜਾ ਰਿਹਾ ਕਿ ਉਹਨੇ ਟੋਮ ਦੀ ਮਦਦ ਕੀਤੀ, ਕੀ ਉਹਨੇ ਨਹੀਂ ਮਦਦ ਕੀਤੀ ਸੀ? ਹੁਣ ਇੱਥੇ ਡਿਡਨਟ ਕਿੱਦਾਂ ਆ ਗਿਆ, ਠੀਕ ਹੈ। ਤੁਸੀਂ ਇਹ ਵੇਖੋ ਕਿ ਸੈਂਟੈਂਸ ਤੀਸਰੇ ਦੇ ਵਿੱਚ ਹੈਲਪਡ ਜਿਹੜਾ ਵਾ ਨਾ ਉਹ ਹੈਗੀ ਆ V2, ਯਾਨੀ ਕਿ ਇਹ ਹੁੰਦਾ ਵਾ ਤੁਹਾਡਾ ਪਾਸਟ ਇਨਡੈਫੀਨੇਟ। ਤੇ ਪਾਸਟ ਇਨਡੈਫੀਨੇਟ ਦਾ ਇੱਕ ਰੂਲ ਆ, ਜਦੋਂ ਆਪਾਂ ਨੈਗੇਟਿਵ ਸੈਂਟੈਂਸ ਬਣਾਉਂਦੇ ਆ, ਇੰਟਰੋਗੇਟਿਵ ਬਣਾਉਂਦੇ ਆ ਨਾ, ਤੇ ਹੈਲਪਿੰਗ ਵਰਬ ਡਿਡ ਕੰਮ ਦੇ ਵਿੱਚ ਆਉਂਦੀ ਆ, ਠੀਕ ਹੈ। ਸੋ ਇਸ ਕਰਕੇ ਡਿਡ ਵਰਡ ਜਿਹੜਾ ਵਾ ਉੱਥੇ ਕੁਐਸਚਨ ਟੈਗ ਬਣਾਉਣ ਦੇ ਲਈ ਵਰਤਿਆ ਗਿਆ ਆ, ਠੀਕ ਹੈ। ਹੁਣ ਟੈਗ ਕਿੱਦਾਂ ਬਣਾਈ ਆ ਉਹਨਾਂ ਨੇ, ਹੈਲਪ ਕਿਉਂਕਿ ਪਿੱਛੇ ED ਸੀਗਾ ਤੇ ਆਪਾਂ ਲਗਾਉਣਾ ਆ ਡਿਡ, ਲਗਾ ਲਿਆ, ਅਵੇ ਇੱਥੇ ਵੀ ਲੱਗਾ ਹੋਇਆ। ਫਿਰ ਚੈੱਕ ਕਰਨਾ ਸੈਂਟੈਂਸ ਪੋਜ਼ਿਟਿਵ ਆ ਕਿ ਨੈਗੇਟਿਵ ਆ, ਸੈਂਟੈਂਸ ਪੋਜ਼ਿਟਿਵ ਆ ਤੇ ਆਪਾਂ ਇਹਦੀ ਟੈਗ ਨੂੰ ਬਣਾਤਾ ਨੈਗੇਟਿਵ, ਸੋ ਡਿਡਨਟ ਹੋ ਗਿਆ। ਫਿਰ ਚੈੱਕ ਕਰਨਾ ਵਾ ਸਬਜੈਕਟ ਕਿਹੜਾ, ਸਬਜੈਕਟ ਸ਼ੀ ਆ ਤੇ ਆਪਾਂ ਲਿਖਤਾ ਸ਼ੀ, ਸੋ ਬਣ ਗਿਆ ਡਿਡਨਟ ਸ਼ੀ, ਠੀਕ ਹੈ। ਇਸ ਤਰੀਕੇ ਨਾਲ ਇਹ ਆਪਾਂ ਬਣਾਇਆ। ਦੈਨ ਅਗਲਾ ਹੈਗਾ ਆ ਤੁਹਾਡਾ ਫੋਰਥ, ਹੀ ਹੈਜ਼ ਡਨ ਨਥਿੰਗ ਰੋਂਗ, ਕਿ ਉਹਨੇ ਕੁਛ ਵੀ ਗਲਤ ਨਹੀਂ ਕੀਤਾ ਹੈਗਾ। ਇਹਦੀ ਟੈਗ ਕਿੱਦਾਂ ਬਣਾਈ ਆ, ਹੈਲਪਿੰਗ ਵਰਬ ਦੇਖ ਲਓ, ਹੈਜ਼ ਆਲਰੇਡੀ ਲੱਗਾ ਤੇ ਹੈਜ਼ ਲਿਖ ਦਿੱਤਾ, ਦੈਨ ਹੀ ਲੱਗਾ ਸੀਗਾ ਤੇ ਈ ਅੱਗੇ ਲਿਖ ਦਿੱਤਾ। ਸੈਂਟੈਂਸ ਵਿੱਚ ਬੱਚੇ ਨਥਿੰਗ ਯੂਜ਼ ਹੋਇਆ ਆ, ਦੇਖੋ
ਇੱਥੇ ਨਥਿੰਗ ਯੂਜ਼ ਹੋਇਆ, ਮਤਲਬ ਇਹ ਸੈਂਟੈਂਸ ਨੈਗੇਟਿਵ ਆ, ਸੋ ਜਿਹੜੀ ਟੈਗ ਬਣਨੀ ਆ ਨਾ ਉਹ ਪੋਜ਼ਿਟਿਵ ਬਣੇਗੀ ਫਿਰ, ਮਤਲਬ ਹੈਜ਼ ਦਾ ਹੈਜ਼ ਹੀ ਲਿਖਿਆ ਜਾਣਾ, ਉਹਨੂੰ ਤੁਸੀਂ ਹੈਜ਼ਨਟ ਨਹੀਂ ਕਰ ਸਕਦੇ ਜਸਟ ਬਿਕੋਜ਼ ਨਥਿੰਗ ਐਗਜ਼ਿਸਟ ਇਨ ਦਾ ਸੈਂਟੈਂਸ, ਕਿਉਂਕਿ ਨਥਿੰਗ ਆ ਰਿਹਾ ਆ। ਦੈਨ ਫਿਫਥ ਹੈਗਾ ਦੇ ਵਿਲ ਨੈਵਰ ਡਿਸਓਬੇ ਦਾ ਰੂਲ, ਉਹ ਕਦੇ ਵੀ ਕਹਿੰਦੇ ਕਿ ਨਿਯਮ ਦੀ ਉਲੰਘਣਾ ਨਹੀਂ ਕਰਨਗੇ। ਹੁਣ ਇੱਥੇ ਵੀ ਨੈਵਰ ਆ ਗਿਆ, ਨੈਵਰ ਵੀ ਨੈਗੇਟਿਵ 'ਚ ਲੱਗਦਾ ਆ, ਨੋ ਨੋਟ ਨੈਵਰ ਨਥਿੰਗ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਨੈਗੇਟਿਵ 'ਚ ਜਾਂਦੀਆਂ ਆ, ਠੀਕ ਹੈ। ਸੋ ਇਸ ਕਰਕੇ ਇਹ ਵੀ ਸੈਂਟੈਂਸ ਨੈਗੇਟਿਵ ਆ, ਤੇ ਜਿਹੜੀ ਟੈਗ ਬਣਨੀ ਉਹ ਪੋਜ਼ਿਟਿਵ ਬਣੇਗੀ, ਸੋ ਇਸ ਕਰਕੇ ਆ ਗਿਆ, ਕਿਉਂਕਿ ਇੱਥੇ ਹੈਲਪਿੰਗ ਵਰਬ ਵਿਲ ਯੂਜ਼ ਹੋਈ ਆ ਤੇ ਲਿਖਿਆ ਗਿਆ ਵਾ ਇੱਥੇ ਵਿਲ ਪਹਿਲਾਂ, ਫਿਰ ਜਿਹੜਾ ਤੁਹਾਡਾ ਸਬਜੈਕਟ ਸੀਗਾ ਉਹ ਲਿਖ ਦਿੱਤਾ ਦੇ, ਤੇ ਦੇ ਦਾ ਟੀ ਜਿਹੜਾ ਵਾ ਨਾ ਉਹਨੂੰ ਸਮਾਲ ਰੱਖਣਾ ਆ, ਠੀਕ ਹੈ, ਮਤਲਬ ਜਿਹੜਾ ਵੀ ਸਬਜੈਕਟ ਅੱਗੇ ਲਿਖਿਆ ਵਾ ਨਾ ਉਹਦਾ ਇਨੀਸ਼ੀਅਲ ਲੈਟਰ ਨੂੰ ਹਮੇਸ਼ਾ ਸਮਾਲ ਰੱਖਿਓ, ਜਿਹੜੇ ਕੁਐਸਚਨ ਟੈਗਸ ਉਹਨਾਂ ਸਾਰਿਆਂ ਵਿੱਚ ਕੋਈ ਵੀ ਚੀਜ਼ ਕੈਪੀਟਲ ਨਹੀਂ ਹੁੰਦੀ, ਇਹ ਗੱਲ ਯਾਦ ਰੱਖਣੀ, ਠੀਕ ਹੈ। ਹਾਂ ਸਿਰਫ ਆਈ ਵਰਡ ਜਿਹਦਾ ਮਤਲਬ ਹੁੰਦਾ ਵਾ ਮੈਂ ਉਹ ਹੋ ਸਕਦਾ ਵਾ ਕੈਪੀਟਲ, ਬਾਕੀ ਹੋਰ ਕੋਈ ਚੀਜ਼ ਨਹੀਂ, ਉਹ ਵੀ ਕਿਉਂ ਹੋ ਸਕਦਾ, ਕਿਉਂਕਿ ਆਈ ਆਪਣੇ ਆਪ ਵਿੱਚ ਇੱਕ ਲੈਟਰ ਵੀ ਆ ਤੇ ਇੱਕ ਪ੍ਰੋਨਾਉਨ ਵੀ ਆ, ਉਹਦਾ ਮਤਲਬ ਮੈਂ ਵੀ ਬਣਦਾ ਤੇ ਉਹਦਾ ਆਈ ਫੋਰ ਇੰਕ ਪੋਟ ਵੀ ਬਣਦਾ, ਸਮਝ ਰਹੇ ਹੋ ਨਾ, ਠੀਕ ਹੈ, ਉਹ ਇੱਕ ਲੈਟਰ ਵੀ ਆ ABC ਦਾ ਤੇ ਇੱਕ ਕੀ ਆ ਉਹ ਪ੍ਰੋਨਾਉਨ ਵੀ ਆ ਜਿਹਦਾ ਮਤਲਬ ਬਣਦਾ ਮੈਂ, ਠੀਕ ਹੈ। ਦੈਨ ਸਿਕਸਥ ਹੈਗਾ ਦਾ ਪੀਪਲ ਡੂ ਨਾਟ ਲੀਵ ਦੇਅਰ ਹੈਬਿਟਸ, ਕਹਿੰਦੇ ਲੋਕ ਆਪਣੀਆਂ ਆਦਤਾਂ ਨਹੀਂ ਛੱਡਦੇ ਹੈਗੇ, ਠੀਕ ਹੈ, ਸੋ ਇੱਥੇ ਡੂ ਨਾਟ ਯੂਜ਼ ਕੀਤਾ ਗਿਆ ਆ, ਅਗੇਨ ਇਹ ਨੈਗੇਟਿਵ ਸੈਂਟੈਂਸ ਆ। ਹੁਣ ਯਾਨੀ ਡੂ ਤੇ ਡਸ ਦੇ ਵਿੱਚੋਂ ਇੱਕ ਚੀਜ਼ ਯੂਜ਼ ਹੋਣੀ ਆ ਜਦੋਂ ਕੁਐਸਚਨ ਟੈਗ ਬਣਾਉਣੀ ਆ, ਕਿਸ ਹਿਸਾਬ ਨਾਲ ਚੇਂਜ ਹੋਣੀ ਤੁਸੀਂ ਵੇਖ ਲੈਣਾ ਵਾ ਕਿ ਸਬਜੈਕਟ ਕਿਹੜਾ। ਹੁਣ ਇੱਥੇ ਪੀਪਲ ਯੂਜ਼ ਹੋਇਆ ਆ ਕਿਉਂਕਿ ਪੀਪਲ ਜ਼ਿਆਦੇ ਆ ਤੇ ਡੂ ਤੇ ਡਸ ਦੇ ਵਿੱਚੋਂ ਇੱਕ ਚੀਜ਼ ਯੂਜ਼ ਹੋਣੀ ਸੀਗੀ, ਸੋ ਜ਼ਿਆਦਿਆਂ ਲਈ ਡੂ ਯੂਜ਼ ਹੁੰਦਾ ਆ, ਡਸ ਯੂਜ਼ ਹੁੰਦਾ ਸਿੰਗੂਲਰ ਵਾਸਤੇ ਜਿਹੜਾ ਤੀਸਰਾ ਪਰਸਨ ਹੁੰਦਾ, ਸੋ ਆਪਾਂ ਲਗਾ ਦਿੱਤੀ ਡੂ, ਕਿਉਂਕਿ ਅੱਗੇ ਨੋਟ ਲਿਖਿਆ ਹੋਇਆ ਆ ਸੈਂਟੈਂਸ ਵਿੱਚ, ਸੋ ਇੱਥੇ ਆਪਾਂ ਡੂ ਨੋਟ ਨਹੀਂ ਕਰਨਾ, ਕੱਲਾ ਡੂ ਰਹਿਣ ਦੇਣਾ। ਅੱਗੇ ਗੱਲ ਕੀਤੀ ਉਹਨਾਂ ਨੇ ਪੀਪਲ ਦੀ, ਲੋਕ ਜ਼ਿਆਦੇ ਹੁੰਦੇ ਆ ਤੇ ਜ਼ਿਆਦਿਆਂ ਦੇ ਲਈ ਪ੍ਰੋਨਾਉਨ ਇੱਕ ਕੰਮ 'ਚ ਆਉਂਦਾ ਵਾ, ਦੈਟ ਇਜ਼ ਦੇ, ਸੋ ਉਹਦੀ ਜਗ੍ਹਾ ਆਪਾਂ ਲਿਖ ਦਿੱਤਾ ਡੂ ਦੇ ਐਂਡ ਇੰਟਰੋਗੇਟਿਵ ਸਾਈਨ, ਠੀਕ ਹੈ, ਇਸ ਤਰੀਕੇ ਨਾਲ ਇਹ ਚੇਂਜ ਹੋਇਆ, ਠੀਕ ਹੈ। ਅੱਗੇ ਹੈਗਾ ਆ ਤੁਹਾਡਾ ਸੈਂਟੈਂਸ, ਸੋਰੀ ਸੈਕਿੰਡ ਰੂਲ ਹੈਗਾ ਆ ਯੂਜ਼ ਦਾ ਸੇਮ ਟੈਂਸ ਇਨ ਵਿਚ ਦਾ ਸਟੇਟਮੈਂਟ ਇਜ਼ ਮੇਡ। ਦੇਖੋ ਉਹਨਾਂ ਨੇ ਇਸ ਰੂਲ ਦੇ ਵਿੱਚ ਕਿਹਾ ਵਾ, ਕਹਿੰਦੇ ਕਿ ਟੈਂਸ ਨੂੰ ਕਦੀ ਚੇਂਜ ਨਾ ਕਰੋ, ਟੈਂਸ ਦਾ ਮਤਲਬ ਇੱਥੇ ਹੈਗਾ ਆ ਇਟ ਇਜ਼ ਦੈਟ ਹੈਲਪਿੰਗ ਵਰਬ, ਕਿ ਹੈਲਪਿੰਗ ਵਰਬ ਜਿੱਦਾਂ ਸੈਂਟੈਂਸ ਵਿੱਚ ਲਿਖੀ ਆ ਉਦਾਂ ਹੀ ਟੈਗ ਦੇ ਵਿੱਚ ਵੀ ਲਿਖੀ ਜਾਣੀ ਹੁੰਦੀ ਆ। ਹੁਣ ਸੈਂਟੈਂਸ ਕੀ ਬਣਾਇਆ ਇਹਨਾਂ ਨੇ, ਪਹਿਲਾ ਸੈਂਟੈਂਸ ਬਣਾਇਆ ਰੂਲ ਸੈਕਿੰਡ ਦੇ ਵਿੱਚ ਕਿ ਯੂ ਆਰ ਗੋਇੰਗ ਔਨ ਲੀਵ, ਆਰ ਨਾਟ ਯੂ। ਹੁਣ ਇੱਥੇ ਕੀ ਕੀਤਾ ਗਿਆ ਆ, ਆਰ ਹੈਲਪਿੰਗ ਵਰਬ ਸੀ ਤੇ ਇਹਨਾਂ ਨੇ ਲਿਖ ਦਿੱਤੀ ਇੱਥੇ, ਠੀਕ ਹੈ, ਫਿਰ ਸੈਂਟੈਂਸ ਪੋਜ਼ਿਟਿਵ ਸੀਗਾ ਤੇ ਜਿਹੜੀ ਆ ਟੈਗ ਉਹ ਬਣ ਗਈ ਨੈਗੇਟਿਵ, ਸੋ ਆਰ ਨਾਟ ਹੋ ਗਿਆ। ਦੈਨ ਸਬਜੈਕਟ ਹੈਗਾ ਸੀਗਾ ਯੂ ਤੇ ਉਹ ਫਿਰ ਯੂ ਲਿਖਤਾ ਤੇ ਲਾਸਟ ਤੇ ਲਗਾਤਾ ਆਪਾਂ ਇੰਟਰੋਗੇਟਿਵ ਸਾਈਨ, ਠੀਕ ਹੈ। ਦੈਨ ਸੈਕਿੰਡ ਸੈਂਟੈਂਸ ਹੈਗਾ ਆ ਤੁਹਾਡਾ, ਸ਼ੀ ਸਪੀਕਸ ਇੰਗਲਿਸ਼ ਫਲੂਐਂਟਲੀ ਡਜ਼ਨਟ ਸ਼ੀ। ਹੁਣ ਇੱਥੇ ਸਪੀਕਸ ਵਰਡ ਜਿਹੜਾ ਆਇਆ ਆ, ਸਪੀਕਸ ਯਾਨੀ V1 ਲਗਾ ਕੇ ਪਿੱਛੇ S ਲਗਾਈ ਹੋਈ ਆ ਤੇ ਇਹ ਹੁੰਦਾ ਵਾ ਤੁਹਾਡੇ ਪ੍ਰੈਜ਼ੈਂਟ ਟੈਂਸ ਦੇ, ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਦੇ ਵਿੱਚ। ਹੁਣ ਪ੍ਰੈਜ਼ੈਂਟ ਇਨਡੈਫੀਨਿਟ ਦਾ ਨੈਗੇਟਿਵ ਜਦੋਂ ਬਣਾਉਣਾ ਵਾ ਤੇ ਉੱਥੇ ਕੰਮ ਆਉਣੇ ਆ ਡੂ ਤੇ ਡਜ਼, ਠੀਕ ਹੈ। ਹੁਣ ਡੂ ਡਜ਼ ਨੂੰ ਕਿਸ ਹਿਸਾਬ ਨਾਲ ਚੂਜ਼ ਕਰੋਗੇ, ਸਬਜੈਕਟ ਦੇ ਹਿਸਾਬ ਨਾਲ, ਇਹ ਸਿੰਗੂਲਰ ਨਾਲ ਲੱਗਣਾ ਹੁੰਦਾ, ਇਹ ਜ਼ਿਆਦਿਆਂ ਨਾਲ ਲੱਗਣਾ ਹੁੰਦਾ। ਹੁਣ ਇੱਥੇ ਸ਼ੀ ਵਰਡ ਯੂਜ਼ ਕੀਤਾ ਗਿਆ ਆ, ਸ਼ੀ ਨਾਲ ਕੀ ਲੱਗਦਾ ਆਪਣਾ, ਡਜ਼, ਸੋ ਕੀ ਲੱਗ ਗਿਆ, ਤੁਸੀਂ ਟੈਗ ਬਣਾਉਣੀ ਆ ਪਹਿਲਾਂ ਲਿਖ ਲਓ ਡਜ਼, ਸੈਂਟੈਂਸ ਪੋਜ਼ਿਟਿਵ ਆ ਤੇ ਟੈਗ ਬਣ ਗਈ ਨੈਗੇਟਿਵ, ਤੇ ਸਬਜੈਕਟ ਕਿਹੜਾ ਸੀਗਾ ਸ਼ੀ ਤੇ ਆਪਾਂ ਲਗਾਤਾ ਸ਼ੀ, ਸੋ ਬਣ ਗਿਆ ਡਜ਼ਨਟ, ਇਸ ਹਿਸਾਬ ਨਾਲ ਇਹ ਚੇਂਜ ਹੋਇਆ, ਠੀਕ ਹੈ। ਦੈਨ ਹੈਗਾ ਆ ਤੁਹਾਡਾ ਨੈਕਸਟ ਸੈਂਟੈਂਸ, ਦੇ ਵਿਲ ਵਿਜ਼ਿਟ ਅਸ ਟੁਮਾਰੋ, ਵੋਂਟ ਦੇ। ਹੁਣ ਇੱਥੇ ਵਿਲ ਵਰਡ ਨੂੰ ਦੇਖਣਾ ਆ, ਉਹਨਾਂ ਨੇ ਵਿਲ ਹੈਲਪਿੰਗ ਵਰਬ ਲਿਖੀ ਹੋਈ ਆ ਤੇ ਇਸ ਤੋਂ ਬਾਅਦ ਵਿੱਚ ਬੱਚੇ ਵਿਲ ਤੋਂ ਵਿਲ, ਹੁਣ ਇਹ ਸੈਂਟੈਂਸ ਦੇ ਵਿੱਚ ਨੈਵਰ ਵੀ ਨਾਲ ਲਗਾਇਆ, ਮਤਲਬ ਇਹ ਸੈਂਟੈਂਸ ਨੈਗੇਟਿਵ ਆਲਰੇਡੀ ਆ,
सो विल दा आपां विल लिख लिया। इस तो बाद आपां यूज करना है सब्जेक्ट, वह हैगा वा दे ते नाल की लिखता दे, टैग बन गई विल दे। ठीक है, दैन फोर्थ हैगा द स्टूडेंट्स केम अर्ली डिडंट दे। हुण इत्थे केम वर्ड यूज किया गया, केम हुंदी है बच्चे वी टू, ते वी टू लगती है तुहाडी पास्ट इनडेफिनेट, ते इहदा नैगेटिव बनाउणा होवे ते वर्ड लगदा वा डिड। ठीक है, सो की करना वा आपां केम दी जगह ते लगाता आपां डिड, फिर वेखना वा सेंटेंस पॉजिटिव आ कि नैगेटिव आ। सेंटेंस तुहाडा पॉजिटिव आ ते जिहड़ी टैग बननी ओह नैगेटिव, तो बन गया डिडंट। ठीक है, इस तो बाद विच स्टूडेंट्स, स्टूडेंट्स ज्यादा आ। ठीक है, तो ज्यादा दे लई एक प्रोनाउन यूज किया जाता वा, वह आप लगावे दे। हुण डिडंट स्टूडेंट थोड़ी बोल सकते हैं, नेम की कैटेगरी नहीं ये आदि प्रोनाउन यूज करने होंगे, इस करके इतने की आया दे। सो जिहड़ा टैग बनाई वह की बन गई डिडंट दे। ठीक है, देन अगला रूल थर्ड हैगा वा कहिंदे यूज द प्रोनाउंस एज अ सब्जेक्ट ऑफ द क्वेश्चन टैग। कहिंदे कि प्रोनाउंस यूज किए जाते हैं क्वेश्चन टैग के लिए। पहला हैगा गायत्री विल नॉट ऑब्लीग यू विल शी। हुण इत्थे की कीता गया आ, विल नॉट यूज किया गया आ। सो विल नॉट का कला रह जाना सीगा विल, गायत्री क्योंकि लड़की आ इस करके लगा दिता शी, सो टैग की बन गई विल शी। सैकेंड हैगा इंडिया इज अ प्रोग्रेसिव कंट्री, इज लगाया सेंटेंस पॉजिटिव सीगा ते इज नॉट करता ते इंडिया लई आपां लगाता इट। ठीक है, तीसरा सेंटेंस हैगा वा पीपल ऑफ दिस एरिया आर मॉडर्न आर नॉट दे। इत्थे आर यूज किया गया हेल्पिंग वर्ब, सो आपां लिख लैने आर। हुण ए सेंटेंस पॉजिटिव आ, टैग बन गई नैगेटिव, ते लोक पीपल हुंदे ज्यादा ते उहनां दे लई यूज किया गया दे, सो बन गया आर नॉट दे। ठीक है, देन हैगा आ फोर्थ द प्रिंसिपल वॉन्ट्स टू डिलीवर अ लैक्चर। हुण वॉन्ट्स यूज किया गया, यह हैगी वी वन, ये यूज होंगी है तुहाडी प्रेजेंट इनडेफिनेट विच, सो यानी डू काम च आएगा ते या फिर डज लिखिया जाएगा। प्रिंसिपल क्योंकि किसी का नाम आ ते आपां डज नू लैके चलते हैं। ठीक है, सो डज नू लगावांगे आपां। सो वॉन्ट्स की जगह ते आ गया डज। ठीक है, हुण सेंटेंस वेखना पॉजिटिव आ कि नैगेटिव आ, सेंटेंस पॉजिटिव आ ते टैग बन गई नैगेटिव, ते प्रिंसिपल जे मेल होवे ते लगा दो ही, अगर वो लड़की होवे या मे फीमेल होवे ते लगा दो शी, ते फिर आ जानी तुहाडा क्वेश्चन मार्क। ठीक है, सो इस तरीके नाल इन्हां नूं आपां यूज कीता। ठीक है, इस तों बाद विच तुहाडे लई मेरे को हैगा आ एक पेज, किधर गया हूं तुशी? हाँ देखो इहदे विच लिखिया होया आ दे लिव इन सैन फ्रांसिस्को डोंट दे। हुण इहदे विच बच्चे ये जिहड़ी फोटो आ इहदे विच जिहड़े एरर्स आ ओह तुसी फाइंड आउट करने आ। ठीक है, सो ये जिहड़ा वा ये तुहाडा हैगा आ होमवर्क। ठीक है, सो इट्स योर होमवर्क, ये तुसी सॉल्व करने आ। इन्हां विच पता की कीता इन्हां ने, जिद्दां मान लो इत्थे लिव वा मतलब वी वन डू ते डज विचों कुछ आना सी ते इन्हां ने आर नॉट लगाया आ, सो उन्हों कट के इन्हां ने डू नॉट लिखिया। फिर सैकेंड जिदा लिखिया होया ही डिड नॉट बाय द चेयर्स डिड दे। हुण आ डिड तक ते ठीक वा, इत्थे सब्जेक्ट ही आ ते इन्हां ने की लगाया दे, सो इस करके आपां इत्थे लिख देना सीगा, एक मिंट, आपां लगा देना सी ही। ठीक है, सो ए टैग इदा बन जानी सी। ये सारे दे सारे जिहड़े आ तुसीं होमवर्क च तुहानूं सेंड कर दित्ते जाणगे ते तुसीं करोगे सॉल्व।